ਸਾਲ 2016 ਲਈ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਡਿਫੈਂਸ ਸਪੈਂਡਰ ਬਣ ਗਿਆ। 2009 ਤੋਂ ਲੈ ਕੇ ਭਾਰਤ 9ਵੇਂ ਨੰਬਰ ਤੇ ਬਰਕਰਾਰ ਸੀ। 2016 ਵਿੱਚ ਛਲਾਂਗ ਲਗਾਉਂਦਿਆਂ ਭਾਰਤ ਨੇ ਆਪਣੀ 5ਵੀਂ ਥਾਂ ਬਣਾ ਲਈ ਹੈ। ਇਸ ਸੂਚੀ ਵਿੱਚ ਚੀਨ ਦੂਜੇ ਥਾਂ ਤੇ ਜਦਕਿ ਪਾਕਿਸਤਾਨ ਪਹਿਲੇ 15 ਸਥਾਨਾਂ ਵਿੱਚ ਵੀ ਆਪਣੀ ਥਾਂ ਨਹੀਂ ਬਣਾ ਸਕਿਆ। ਇਹ ਜਾਣਕਾਰੀ ਸਵੀਡਿਸ਼ ਥਿੰਕ ਟੈਂਕ ਸਟਾਕਹੋਮ ਕੋਮਾਂਟਰੀ ਪੀਸ ਰਿਸਰਚ ਇੰਸਟੀਟਿਊਟ ਵੱਲੋਂ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਦਾ ਨਾਂ ਟ੍ਰੈਂਡਸ ਇਨ ਵਰਲਡ ਮਿਲਟਰੀ ਐਕਸਪੈਂਡੀਚਰ 2016 ਰੱਖਿਆ ਗਿਆ। ਰਿਪੋਰਟ ਮੁਤਾਬਿਕ ਭਾਰਤ ਨੇ 2016 ਵਿੱਚ ਜੰਗੀ ਸ਼ਕਤੀ ਦੇ 55.9 ਬਿਲੀਅਨ ਡਾਲਰ ਦਾ ਖਰਚਾ ਕੀਤਾ, ਜੋ ਇਸ ਦੇ ਕੁੱਲ ਘਰੇਲੂ ਉਤਪਾਦ ਦਾ 2.5% ਸੀ ਅਤੇ ਪੂਰੇ ਵਿਸ਼ਵ ਦਾ 3.3% ਸੀ। ਇਸ ਸੂਚੀ ਵਿੱਚ ਅਮਰੀਕਾ 611 ਬਿਲੀਅਨ ਡਾਲਰ ਦੇ ਖਰਚੇ ਨਾਲ ਸਭ ਤੋਂ ਵੱਡਾ ਸਪੈਂਡਰ, 2016 ਬਿਲੀਅਨ ਖਰਚੇ ਨਾਲ ਚੀਨ ਦੂਜੇ ਨੰਬਰ ਤੇ 69.2 ਬਿਲੀਅਨ ਡਾਲਰ ਨਾਲ ਰੂਸ ਤੀਜੇ ਤੇ, 63.7 ਬਿਲੀਅਨ ਡਾਲਰ ਡਿਫੈਂਸ ਦੇ ਖਰਚੇ ਨਾਲ ਚੌਥੇ, ਜਦਕਿ 55.9 ਬਿਲੀਅਨ ਡਾਲਰ ਦੇ ਖਰਚੇ ਨਾਲ ਭਾਰਤ 5ਵੇਂ ਸਥਾਨ ਤੇ ਹੈ।